ਏਟੀਐਮ ਨੂੰ ਜੌਨ ਸੈਫਰਡ ਬੋਰਨ ਨੇ ਬਣਾਇਆ ਸੀ। 1965 ਵਿੱਚ ਇੱਕ ਦਿਨ ਜੌਨ ਸੈਫਰਡ ਪੈਸੇ ਕਢਾਉਣ ਲਈ ਬੈਂਕ ਗਿਆ ਤਾਂ 1 ਮਿੰਟ ਲੇਟ ਹੋ ਗਿਆ ਤੇ ਬੈਂਕ ਬੰਦ ਹੋ ਗਿਆ। ਤਾਂ ਉਸਦੇ ਦਿਮਾਗ 'ਚ ਆਈਡੀਆ ਇਹੋ ਜਿਹਾ ਕੋਈ ਸਿਸਟਮ ਕੀਤਾ ਜਾਵੇ ਜਿਹਦੇ ਨਾਲ ਇਨਸਾਨ 24 ਘੰਟੇ ਪੈਸੇ ਕਢਾ ਸਕਦਾ ਹੈ। ਤਾਂ ਉਹਨੇ ਏਟੀਐਮ ਦਾ ਨਿਰਮਾਣ ਕੀਤਾ। ਵਿਗਿਆਨੀਆਂ ਅਨੁਸਾਰ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ 7 ਮਿੰਟ ਤੱਕ ਉਸਦਾ ਦਿਮਾਗ ਜਿੰਦਾ ਰਹਿੰਦਾ ਹੈ। ਇੱਕ ਚੁਟਕਲੇ ਨੂੰ ਸਮਝਣ ਅਤੇ ਹੱਸਣ ਲਈ ਦਿਮਾਗ ਆਪਣੇ 5 ਵੱਖ-ਵੱਖ ਹਿੱਸਿਆਂ ਤੋਂ ਕੰਮ ਲੈਂਦਾ ਹੈ। ਭਾਰਤ ਦੀ ਪਹਿਲੀ ਫਿਲਮ ਰਾਜਾ ਹਰੀਸ਼ ਚੰਦਰ ਸੀ, ਜੋ ਕਿ ਇੱਕ ਮੌਨ ਫਿਲਮ ਸੀ।